ਸਾਡਾ ਜਿਹੜਾ ਇੱਥੇ ਪ੍ਰੀ ਪ੍ਰਾਇਮਰੀ ਦਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਹੋਇਆ, ਇਹ 'ਚ 39 ਟੀਚਰਸ ਭਾਗ ਲੈ ਰਹੇ ਨੇ। ਇਹ ਸਾਰੇ ਭਾਦਸੋਂ ਬਲੋਕ ਦੇ ਟੀਚਰਸ ਨੇ। ਇਹਦਾ ਜਿਹੜਾ ਮੇਨ ਮਕਸਦ ਹੈ ਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਜਿਸ ਨਾਲ ਕਿ ਬੱਚਿਆਂ ਦਾ ਦਿਲ ਵੀ ਲੱਗੇ ਸਕੂਲ 'ਚ ਔਰ ਬੱਚੇ ਬਹੁਤ ਕੁਝ ਸਿੱਖਣ। ਮੇਨ ਪਰਪਸ ਹੈ ਕਿ ਜਿਹੜੀ ਫਸਟ ਕਲਾਸ ਲਈ ਬੱਚਿਆਂ ਨੂੰ ਤਿਆਰੀ ਕਰਨੀ, ਬੱਚਿਆਂ ਨੂੰ ਰੋਚਕ ਤਰੀਕੇ ਨਾਲ ਪੜ੍ਹਾਉਣਾ, ਬੱਚਿਆਂ ਨੂੰ ਸਿਖਾਉਣਾ ਤਾਂ ਕਿ ਬੱਚੇ ਵੱਧ ਤੋਂ ਵੱਧ ਗਿਆਨ ਲੈਣ ਅਤੇ ਵੱਧ ਤੋਂ ਵੱਧ ਸਿੱਖਿਆ ਪਹਿਲਾਂ ਹੀ 2 ਸਾਲਾਂ ਦੇ ਵਿੱਚ ਲੈ ਕੇ ਜਾਣ, ਜਿਹਦੇ ਨਾਲ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਆਕਰਸ਼ਣ ਵੀ ਪੈਦਾ ਹੋਵੇ ਅਤੇ ਗਿਣਤੀ ਵੀ ਵਧੇ। ਇਹ ਸਾਡੇ ਇੱਥੇ ਸਿਖਲਾਈ ਦਾ ਮਨੋਰਥ ਹੈ। ਇਹ ਸਟੇਟ ਲੈਵਲ ਤੋਂ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਇੱਕ ਸਾਰਤਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸੇਮ ਮੋਡਿਊਲਸ ਦੇ ਹਿਸਾਬ ਨਾਲ, ਸੇਮ ਟਾਈਮ ਟੇਬਲ ਦੇ ਹਿਸਾਬ ਨਾਲ ਚੱਲ ਰਹੀ ਹੈ। ਹਾਂ, ਪਹਿਲਾਂ ਵੀ ਸਾਡੀ ਪ੍ਰੀ ਪ੍ਰਾਇਮਰੀ ਟ੍ਰੇਨਿੰਗ ਲੱਗੀ ਸੀ, ਕਾਫੀ ਕੁਛ ਸਿੱਖਿਆ। ਉਹਦੇ ਹਿਸਾਬ ਨਾਲ ਅਸੀਂ ਜਾ ਕੇ ਬੱਚਿਆਂ ਨੂੰ ਕੰਮ ਕਰਵਾਇਆ, ਬੱਚੇ ਬੜੇ ਇੰਟਰਸਟ ਨਾਲ ਸਕੂਲ ਆਉਂਦੇ ਰਹੇ। ਹੁਣ ਇਹ ਸੈਕਿੰਡ ਟ੍ਰੇਨਿੰਗ ਹੈ ਅਤੇ ਇਹਦੇ ਵਿੱਚੋਂ ਵੀ ਅਸੀਂ ਵਧੀਆ ਸਿੱਖ ਕੇ ਜਾਵਾਂਗੇ ਅਤੇ ਸਕੂਲਾਂ 'ਚ ਉਸੇ ਤਰ੍ਹਾਂ ਅਪਲਾਈ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਬੱਚੇ ਸਾਡੇ ਕੋਲ ਆਉਣ। ਬੱਚੇ ਇਹੀ ਚੀਜ਼ਾਂ ਦੇਖ ਕੇ ਸਕੂਲ 'ਚ ਆਉਂਦੇ ਨੇ, ਟੀਚਰ ਕੁਸ਼ਨ ਦਾਵਾਂ ਕਰਵਾ ਰਿਹਾ। ਇਹ ਸਾਡਾ ਤੀਜਾ ਫੇਸ ਚੱਲ ਰਿਹਾ ਜੀ। ਇਹ 40-40 ਦਾ ਬੈਚ ਸਾਡਾ ਲੱਗ ਰਿਹਾ, ਇਹ 39 ਦਾ, ਅਤੇ 1x1 ਸਾਰੇ ਜਿਹੜੇ ਬਲੋਕ ਦੇ ਟੀਚਰ ਨੇ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜੇ ਪ੍ਰੀ ਪ੍ਰਾਇਮਰੀ ਨੂੰ ਪੜ੍ਹਾ ਰਹੇ ਨੇ ਵਲੰਟੀਅਰਸ, ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਉਸ ਤੋਂ ਬਾਅਦ ਹੈੱਡ ਟੀਚਰ ਅਤੇ ਬਾਕੀ ਟੀਚਰਾਂ ਨੂੰ।